ਸ਼ਿਵ ਸਥਾਨਾ ਬਾਲ ਠਾਕਰੇ ਪੰਜਾਬ ਵੱਲੋਂ ਅੱਜ ਤਰਨ ਤਾਰਨ ਸ਼੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਾਨ ਮਨਾਇਆ ਗਿਆ ਹੈ। ਇਸ ਦੌਰਾਨ ਅੱਜ ਅਸੀਂ ਸੂਬਾ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਨਾਲ ਗੱਲ ਕਰਾਂਗੇ। ਨਮਸਕਾਰ ਸਰ, ਧੰਨਵਾਦ। ਤੁਸੀਂ ਤਰਨ ਤਾਰਨ ਪਹੁੰਚੇ ਤੇ ਹੋਲੀ ਦੇ ਮੌਕੇ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਜੀ? ਦੇਖੋ, ਹੋਲੀ ਦਾ ਤਿਉਹਾਰ ਤੇ ਆਈ ਪ੍ਰੇਮ ਦਾ ਤਿਉਹਾਰ ਆ। ਭਗਵਾਨ ਕ੍ਰਿਸ਼ਨ ਨੇ ਮਤਲਬ ਕਿ ਦਰਸਾਇਆ ਹੀ ਆ, ਤੇ ਇਸ ਕਰਕੇ ਇਹ ਜ਼ਿਲ੍ਹਾ ਤਰਨ ਦੇ ਵਿੱਚ ਤਰਨ ਤਾਰਨ ਵਿੱਚ ਠਾਕਰ ਦੁਆਰ ਮੰਦਿਰ ਦੇ ਵਿੱਚ ਹਰ ਸਾਲ ਇਸ ਸਾਲ ਵੀ ਬੜੇ ਉਤਸ਼ਾਹ ਦੇ ਨਾਲ ਹੋਲੀ ਦਾ ਇਹ ਤਿਉਹਾਰ ਮਨਾਇਆ ਜਾ ਰਿਹਾ। ਖਾਸ ਚੀਜ਼ ਇਹ ਰਹੀ ਹੈ ਇਸ ਤਿਉਹਾਰ ਦੀ, ਕਿਉਂਕਿ ਤਰਨ ਤਾਰਨ ਦਾ ਹਰ ਐਨ ਜੀ ਓ, ਹਰ ਸੰਸਥਾ, ਖਾਸ ਕਰਕੇ ਜਿੰਨੇ ਵੀ ਰਾਜਨੀਤਿਕ ਦਲ ਨੇ ਇੱਕ ਮੰਚ 'ਤੇ ਇਕੱਠੇ ਹੋ ਕੇ ਸਾਡੀ ਜਿਹੜੀ ਟੀਮ ਇਸ ਹੋਲੀ ਦੇ ਤਿਉਹਾਰ ਨੂੰ ਅਰੇਂਜ ਕਰਦੀ ਆ, ਉਹਦਾ ਪੂਰਨ ਸਮਰਥਨ ਕਰਦੇ ਨੇ। ਇਹ ਇੱਕ ਖੂਬਸੂਰਤੀ ਹੈ ਪੰਜਾਬ ਦੀ, ਕਿਉਂਕਿ ਪੰਜਾਬ ਦੀ ਖੂਬਸੂਰਤੀ ਜਿਸ ਤਰ੍ਹਾਂ ਅੱਜ ਹੋਲੀ ਦਾ ਤਿਉਹਾਰ ਆ, ਪੂਰੇ ਪੰਜਾਬ ਦੇ ਕੋਨੇ ਕੋਨੇ ਵਿੱਚ ਦੇਖੋ ਤੁਸੀਂ ਲੰਗਰ ਦੀ ਵਿਵਸਥਾ, ਚਾਹ ਪਾਣੀ ਦੀ ਵਿਵਸਥਾ, ਕਈਆਂ ਜਗ੍ਹਾ 'ਤੇ ਗੁੜ ਦੇ ਆਪਣੇ ਗੰਨੇ ਦੇ ਰਸ ਦੇ ਲੰਗਰ ਜਿਹੜੇ ਉਹ ਪੰਜਾਬ ਦੇ ਵਿੱਚ ਚੱਲ ਰਹੇ ਨੇ। ਅਤੇ ਪੰਜਾਬ ਦੀ ਇਸ ਧਰਤੀ ਨੇ ਪੂਰੇ ਵਿਸ਼ਵ ਨੂੰ ਬਹੁਤ ਕੁਝ ਸਿਖਾਇਆ, ਮੇਰੇ ਦੇਸ਼ ਨੂੰ ਬਹੁਤ ਕੁਝ ਸਿਖਾਇਆ, ਅਤੇ ਮੈਂ ਕਹਿੰਦਾ ਵੀ ਐਸੇ ਤਿਉਹਾਰ ਜਿਹੜੇ ਇਸੇ ਤਰ੍ਹਾਂ ਮੇਰੇ ਦੇਸ਼ ਦੇ ਵਿੱਚ ਅਸੀਂ ਰਲ ਮਿਲ ਕੇ ਮਨਾਉਂਦੇ ਰਹੀਏ, ਆਪਸੀ ਮਤਭੇਦਾਂ ਨੂੰ ਭੁੱਲ ਕੇ। ਖਾਸ ਕਰਕੇ ਤਾਂ ਇਹ ਤਿਉਹਾਰ ਇਹੀ ਸਿੱਖਿਆ ਦਿੰਦਾ ਵੀ ਆਪਾਂ ਆਪਸੀ ਮਤਭੇਦ ਜਿਹੜੇ ਭੁੱਲ ਕੇ, ਅਤੇ ਇਸ ਤਿਉਹਾਰ ਨੂੰ ਆਪਾਂ ਇੱਕ ਰੰਗਾਂ ਦਾ ਗੁਲਾਲਾਂ ਦਾ ਤਿਉਹਾਰ ਆ, ਅਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਇਸ ਤਿਉਹਾਰ ਨੂੰ ਮਨਾਉਣਾ। ਮੈਂ ਤੁਹਾਡੇ ਮਾਧਿਅਮ ਨਾਲ ਪੰਜੂਰੇ ਪੂਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਖਾਸ ਕਰਕੇ ਜ਼ਿਲ੍ਹਾ ਤਰਨ ਤਾਰਨ ਵਾਸੀਆਂ ਨੂੰ ਵੀ ਜਿਹੜਾ ਬਹੁਤ ਵਧੀਆ ਉਪਰਾਲਾ ਕਰਕੇ ਪੂਰਾ ਸ਼ਹਿਰ ਇਸ ਹੋਲੀ ਦੇ ਤਿਉਹਾਰ ਨੂੰ ਮਨਾਉਂਦਾ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ।